लो जी इधर मिस्त्री आए हुए अज मिस्त्री तारा तूरा लागे इधर उधर करंट करंट चला करदे आ 2 बजे बोर्ड मंगाया उन्हें बुरश कि बुरश फेर बुरश तेल आला था बोर्ड लिया फट के पहला फिट करा देवा परसों दे मैनूं स्नेह पता मासर पनीरी दा पनीरी मैं दस बंद ने फोन आए हूँ अगले मैं कही भी हस भी रहा चाहिए खड़ जो मैं दसदा खड़ जो मैं दसदा पनीरी पता नहीं कितने करी भी दसदा है नहीं तू मैं जवाब दे मैं भाई करी भी है बस कि करी ने हले कि नहीं करी भाई हले पानी का उतरिया नहीं करिए कसी अगले हले पानी उतरिया मैं सारा कुछ अजा नहीं उतरिया गया यार पानी उतर के लगनी है कद्दू कल होना हूं लगनी दो कह रहा होना है दो कह रहा कद्दू थले का पानी उतरता है देखना ट्रैक्टर बढ़ के कद्दू कर दूंगा कि नहीं पना पिया हो बाकी तिंदा कद्दू करके आऊंगा ओदा होर भाई को ट्रैक्टर ना कद्दू होना ओदा बड़ा पया है ना खुद नाल होना कद्दू मैं तो कहता मैं एक नहीं ला दो यार ये कहता धान ने खराब करना बिच बइया ने टप्पा मार देना यार कखा ने खराब करना ना कख नहीं हैगा बइया ने टप्पा मार देना जी बिच रेरू ना पाए हुन तो हां हां एक जूरी का छिट्टा भी लाता था जीरी बहुत वधिया थी रब नू मंजूर नहीं था है चार सौ रौला ज्यादा पाई जाता ना मैं तेनू कई बार चार सौ अठाठ अठार सवा चौंती कहना तेनू बढ़न नहीं देनी छब्बी ला उत्थे ए भाई कवेरी कवेरी चार सौ अठाठ ਉਰੀ ਕਾ ਨਾ ਕੈਰੀ ਚੇ ਦਿਖਦੀ 40 ਕੁਇੰਟਲ ਮੈਂ ਇਹਨੂੰ ਕਹੀ ਗਿਆ ਵੀ ਰਹਿਣ ਦੇ ਬੜਾ ਵੀ ਪੈ ਗਿਆ ਹੈ ਬੰਦੇ ਨੂੰ ਥੋੜੀ ਜਾ ਰਹੇ ਆ ਕਵੇਰੀ ਦੀ ਵੀ ਰਹਿਣ ਦੇ ਬੰਦਾ ਉਹ ਹੋ ਜਾਂਦਾ ਹੁੰਦਾ ਫਿਰ ਬੰਦੇ ਮੰਗਦੇ ਤੇ ਕਿ ਨਹੀਂ ਪਰੀ ਦੀ ਕਵੇਰੀ ਬੰਦੇ ਵੀ ਉਰੀ ਹੈ ਇਹ ਜਿਹੜਾ ਜਾਣਾ ਨੂੰ ਤੂੰ ਬਾਬਾ ਕਿਹਦੇ ਨਾਲ ਕਲੇਸ਼ ਨਾ ਕਰਵਾ ਦੀ ਫਿਰ ਪਈਆ ਟੀਕੇ ਵੱਜੇ ਵੀ ਸਭ ਮੰਗਦੇ ਤੇ ਕਵੇਰੀ गई थी जीरी सुखी पानी की निकासी नहीं थी यार जो ड्रेन पहला पटाई भी होंगी जीरी बच गई थी
ਚਾਰ ਦਿਨ ਪਾਣੀ ਖੜਾ ਰਿਹਾ ਉਹ ਪਾਣੀ ਚਾਰ ਦਿਨ ਦੇ ਨਹੀਂ ਮਾਰਦੀ ਚੱਲਦਾ ਪਾਣੀ ਤਾਂ ਕੁਛ ਨਹੀਂ ਕਹਿੰਦਾ ਹੁੰਦਾ ਜੀਰੀ ਨੂੰ ਜਿਹੜਾ ਪਾਣੀ ਖੜ ਗਿਆ ਉਹ ਮਾਰਦਾ ਇੱਦਾਂ ਦਾ ਪਾਣੀ ਆਇਆ ਅਜਾ ਵੀ ਨਿਕਲਦਾ ਵਾ ਜਿਹੜਾ ਪਾਣੀ ਰਹਿੰਦਾ ਹਲੇ ਤਿੰਨ ਕਿ
ਠੇਕੇ ਦਿੱਤੇ ਪਏ ਆ ਆਪਣੀ ਘਰ ਦੀ ਜ਼ਮੀਨ ਹੋਵੇ ਫਿਰ ਤਾਂ ਬੰਦਾ ਝੱਲ ਵੀ ਲਵੇ ਯਾਰ ਹੋਰ ਬਾਕੀ ਬਿਮਾਰੀ ਪੈਲੀ ਜੀਰੀ ਲਾਈ ਜਾਤਰ ਨੂੰ ਤਾਂ ਹੀ ਕਹਿੰਦੇ ਕਹਿੰਦੇ ਦੇਖ ਲਈ ਹੁਣ ਤੇਰੇ ਨਾਲ ਵਧੀਆ ਨਿਕਲਣੀ ਉਹੀ ਕੰਮ ਹੋਇਆ ਹਾਂ 25 ਕੁਇੰਟਲ ਦੀ ਉਸ ਤਾਈ ਤੋਂ ਕਹਿੰਦਾ ਮੇਰੀ ਜੀਰੀ ਦੀ ਉਹ ਕਹਿੰਦਾ ਤੂੰ 26 ਲਾ ਦੇ ਕੁਛ ਨਹੀਂ ਹੁੰਦਾ ਉਹਨੇ ਵੀ ਲਾਉਣੇ ਆ 2 ਕਿਲੋ ਦੇ ਖਰਾਬ ਹੋਏ ਉਹਨੇ ਨਾਲ ਦੀ ਮਰ ਗਈ ਉਹਦੀ ਵੀ ਜੀਰੀ ਉਹਦੇ 2-2.5 ਕਿਲੋ ਮਰ ਗਏ ਵੜਦੇ ਫਿਰਦੇ ਤੇ ਰਾਤ ਨੂੰ ਹੁਣ ਕਰੀਏ ਕੀ ਕਰਦੇ ਸਾਡੇ ਨਾਲ ਲੱਗੇ ਉਦਣ ਦੇ ਬਾਈ ਲੱਗੇ ਪਏ ਉਹ ਵੀ ਨਹੀਂ ਟਿਕੇ ਹੈਗੇ ਅਸੀਂ ਵੀ ਹਰੇਕ ਜ਼ਿਮੀਦਾਰ ਨੇ ਠੇਕੇ ਪਰ ਬਾਈ ਵੀ ਅਗਲੇ ਨੂੰ ਆਏ ਹੁੰਦਾ ਪਾਣੀ ਉਤਰ ਜਾਵੇ ਉਹੀ ਅਗਲਾ ਕਹਿੰਦਾ ਕੋਈ ਬਚੇ ਜਾਵੇ ਖਰਚਾ ਹੋਇਆ ਵਾ ਭਈਆਂ ਦੀ ਲਵਾਈ ਹੋਈ ਕੀ ਖਰਚਾ ਦੇ ਲਾ 3500 ਰੁਪਏ ਨੂੰ ਲਵਾਈ ਲਾ ਲੈ 3500 ਰੁਪਏ ਲਵਾਈ ਭਈਆਂ ਦੀ 3500 ਨੂੰ ਲਾ ਲੈ ਚੱਲ ਅਗਲੇ ਨੂੰ ਲਾ ਲੈ ਨਹੀਂ ਕੋਈ ਫੇ ਜਿਹੜਾ ਕੱਦੂ ਵਾਲਾ ਖਰਚਾ ਉਹ ਲੱਗ 35 ਨੂੰ ਲਾ ਕੇ 7 4 ਕਿੱਲਿਆਂ ਦਾ 14000 ਇੱਕ ਹੋ ਗਿਆ ਕਟਾਇਆ ਨਹੀਂ ਪਾਇਆ ਤੁਸੀਂ ਬਿਮਾਰੀ ਪਈ ਸੀ ਕਲੋਰੋ ਉੱਥੇ ਤਾਂ ਕੁਛ ਵੀ ਨੀ ਉੱਥੇ ਤਾਂ ਜੀਰੀ ਵੀ ਗਈ ਕੱਢਤਾ ਉਹਦਾ ਤਾਂ ਹੱਲ ਅਸੀਂ ਖਾਲੀ ਪੱਟਣੀ ਸੀ ਅਸੀਂ ਉਹ ਘੋਲ ਕਰ ਗਏ ਯਾਰ ਉਹ ਖਾਲੀ ਜੇ ਪਹਿਲਾਂ ਕਢਾਈ ਵੀ ਹੁੰਦੀ ਪਾਣੀ 2 ਦਿਨ ਮੈਂ ਉਤਰ ਜਾਂਦਾ 3 ਦਿਨ ਉਹ ਉਤਰ ਪਾਣੀ ਦਾ ਉਬਰ ਉਹ ਫਿਰ ਹੁਣ ਹੋਰ ਤਾਂ ਮਸ਼ੀਨ ਵਾਲਾ ਵੀ ਮਸ਼ੀਨ ਲੱਗ ਜਾਣੀ ਮੰਨਦਾ ਅਗਲਾ 20-22 ਲੱਖ ਰੁਪਏ ਉਹ ਨਹੀਂ ਨਹੀਂ ਖਾਲੀ ਵੀ ਕਿਆ ਕਰਦੀ ਯਾਰ ਆ ਨਦੀ ਟੁੱਟਣੇ ਕਰਕੇ ਕੰਮ ਹੋਇਆ ਉਬਰ ਪਾਣੀ ਸਾਈਡ ਜਾਂਦਾ ਕਿ ਇੱਧਰ ਨੂੰ ਸੱਜੇ ਹੱਥ ਜਾਂਦਾ ਕਿਆ ਪਾਣੀ ਤੇਰੇ ਖੇਤ ਮਾਰ ਰੁਕਦਾ ਉੱਥੇ ਆ ਕੇ ਡਾਫ ਲੱਗਦੀ ਆ ਡਾਫ ਲੱਗਦੀ ਆ ਤੇ ਉੱਥੇ ਤਾਂ ਜਾਂਦਾ ਕਿੱਧਰ ਨੂੰ ਬੰਨ ਤੇ ਉਰਲੀ ਸਾਈਡ ਆ ਡਰੇਨ ਉਹ ਸੜਕ ਉੱਚੀ ਆ ਉਹ ਆਪਣੀ ਤੱਗੀ ਨੂੰ ਪਾਣੀ ਨੀ ਜਾਂਦਾ ਉਹ ਤਾਂ ਜਦ ਨਦੀਆਂ ਟੁੱਟ ਗਿਆ ਫਿਰ ਉਤਰਦਾ ਨੀ ਦਰਖਤ ਡਾਫ ਲੱਗੀ ਚਾਚੇ ਡਾਫ ਦਾ ਮੂਹਰੇ ਹੀ ਲੱਗ ਲਈ ਇਹ ਤਾਂ ਵਾਹੇ ਵੇ ਆ ਜਿਹੜਾ ਨਦੀ ਪਰ ਤੇ ਆਪਾਂ ਪਾਣੀ ਦੇਖਦੇ ਤੇ ਆਪਾਂ ਨੂੰ ਲੱਗਦਾ ਤਾਂ ਵੀ ਉਹ ਲੰਘਦਾ ਹੋਊਗਾ ਉੱਥੇ ਨੂੰ ਉਹ ਦੇਖਿਆ ਕਿੰਨਾ ਪਾਣੀ ਦਾ ਜਦ ਵੀ ਪਣੇ ਵਾਲਾ ਪਾਣੀ ਚੱਕ ਲੋ ਜਾਂ ਪਾਣੀ ਦਾ ਪੂਰਾ ਏਦਾਂ ਕਹਿੰਦਾ ਬੱਲੇ ਹੱਥ ਰਹਿਣ ਲੈ ਉਹੀ ਤੱਕੀ ਜੀ ਕਹਿੰਦੇ ਕਿਆ ਤਾਂ ਸੂਆ ਤਾਂ ਛੋਟਾ ਜਿਹਾ ਹਾਂ ਰੰਗੇ ਵਾਲੀ ਮਾੜੀ ਥੋੜੀ ਜੀ ਗਾਂ ਜਾਂ ਉੱਥੇ ਰੇਤਾ ਇੰਨਾ ਨੀ ਪਿਆ ਉਹ ਗੜੀ ਤੇ ਉਰਲੀ ਸੜਕ ਆ ਰਹਾ ਜਿੱਥੇ ਸੁੱਖੀ ਸੁੱਖੀ ਉੱਥੇ ਰੇਤਾ ਨੀ ਪਿਆ ਉੱਥੇ ਪਣਾ ਪਣਾ ਹੀ ਗਿਆ ਆਪਾਂ ਨੇ ਦੇਖਿਆ ਨੀ ਬੂਟਾ ਚ ਕਿੰਨਾ ਰੇਤਾ ਤੇ ਲਾਗਲਾ ਰੇਤਾ ਤਾਂ ਆਪਣੇ ਪਿਆ ਉਰੇ ਬਾਈ ਉਹ ਤੱਗੀ ਪਣੇ ਦੀ ਉਹ ਪਈ ਆ ਉੱਥੇ ਪਣਾ ਹੀ ਤਾਂ ਉੱਥੇ ਹੁਣੇ ਤਾਂ ਜਿਹੜੀ ਹੋਈ ਖਾਲੀ ਨਾਲ ਦੁਬਾਰਾ ਲਾਜ਼ਮੀ ਜਾ ਕੇ ਲੱਗਣੀ ਨੀ ਰੇਤਾ ਹੀ ਰੇਤਾ ਤਾਂ ਪਿਆ ਉੱਥੇ ਐਡੇ ਐਡੇ ਮੈਂ ਕਿਹਾ ਮੈਂ ਦੁਆਰੇ ਵਾਹਦੇ ਕਹਿੰਦਾ ਕਿੱਥੇ ਜਾਣੂ ਕਹਿੰਦਾ ਬਾਤਾ ਇਹਦੇ ਪੱਧਰਾ ਹੋਣਾ ਕਹਿੰਦਾ ਉਹ ਬੂਟਿਆਂ ਦਾ ਗੰਨੇ ਦਾ 25 ਲੱਖ ਦਾ ਨੁਕਸਾਨ ਹੋਣਾ ਉਹਨਾਂ ਦਾ ਘੱਟੋ ਘੱਟ ਵੱਧ ਹੋਊਗਾ 35 ਬੂਟੇ ਦੇ ਗੇੜ ਮਾਉਂਗਾ ਹੋਊਗਾ ਹੋਊਗਾ ਫੁੱਲਰ ਸਾਰੇ ਖਤਮ ਹੋ ਗਿਆ ਰੇਟ ਹੁਣ ਵਧਣਾਗਾ ਬੂਟਿਆਂ ਦਾ ਜਿਆਦਾ ਪਾਸੇ ਆਸੇ ਬੰਦੇ ਨੇ ਹੁਣ ਜਾਣਾ ਉਹ ਐਂਓ ਹੋਰ ਪੰਗ ਦੇ ਪਾ ਇਹਨੇ ਨੇ ਉਲਟਾ ਗਿਰਿਆ ਯਾਰ ਹੈ ਮਸ਼ੀਨ ਕਿਹੜੇ ਸਮੇਂ ਚੱਲੂਗੀ ਕਿਹਾ ਮੈਂ ਕਰਨਾ ਬਾਗਟ ਭਰਨਾ ਫੁੱਲਰ ਵਾਜੇ ਕਰਨਾ
ਬੁੱਲਰ ਬੜੇ ਆ ਨਾ ਕੋਠਾ ਗਿਰ ਗਿਆ ਕੋਠਾ ਦਾ ਥੱਲੇ ਤੇ ਪੱਟ ਲਿਆ ਕੋਠਾ ਦਾ ਉਹਦਾ ਕੋਠੇ ਦੇ ਬਰਾਬਰ ਪੈ ਰਹੇ ਦਿੱਤਾ ਗਿਰ ਗਿਆ ਨਾ ਸੁੱਖੀ ਤੂੰ ਹੋਰ ਦੇਖ ਪਤਾ ਨੀ ਕਿਵੇਂ ਘੁੰਮ ਗਈ ਨਦੀਆਂ ਦੋਹੇ ਟੁੱਟ ਗਈਆਂ ਤੀਆਂ ਸੁਰਤਾਂ ਪੁਰਤਾਂ ਲੈ ਲਿਆ ਤਾਂ ਹੱਥ ਕਰਕੇ ਮੰਡ ਆਪਣੇ ਤੱਕ ਪੂਰਾ ਪਾਣੀ ਆਉਣਾ ਦੱਸਾਂ ਕਿੰਨਾ ਕੁ ਫਰਕ ਰਹਿ ਗਿਆ ਤਾਂ ਗਾਹਾਂ ਤਾਂ ਚੋਆ ਜੀ ਤਾ ਆ ਉਹਦੇ ਜਿੰਨਾ ਰਹਿ ਗਿਆ ਹੁਣ ਅੰਬ ਜਿੰਨਾ ਨਾ ਦਿੰਦੇ ਗਾਹਾਂ ਦਾ ਚੋਆ ਜੀ ਤਾਂ ਉਹ ਕਹਿੰਦੇ ਹੈ ਮੋਨਕ ਹਾਂ ਨੁਕਸਾਨ ਜਿਹੜਾ ਹੋਇਆ ਯਾਰ ਬਾਈ ਜ਼ਿਆਦਾ ਹੋ ਗਿਆ ਜ਼ਿਮੀਂਦਾਰਾਂ ਦਾ ਬਹੁਤਾ ਜ਼ਿਆਦਾ ਹੋ ਗਿਆ ਪੰਜਾਬ 'ਚ ਟੋਟਲ ਨੁਕਸਾਨ ਹੋਇਆ ਯਾਰ ਮੀਂਹ ਨਾਲ ਕਿਸੇ ਪਾਸੇ ਜ਼ਿਆਦਾ ਹੋ ਗਿਆ ਉਹ ਪੰਜਾਬ ਡਬੋਣੇ ਨੂੰ ਰੱਖਿਆ ਮੈਂ ਇਹਨਾਂ ਨੇ ਪਾਣੀ ਕਿੱਥੇ ਨੂੰ ਜਾਊਗਾ ਹੜੇ ਆਉਣਾ ਹੀ ਉਹਦਾ ਗਿਰ ਨੀ ਹੋਣਾ ਜਿੱਥੇ ਨੂੰ ਬਾਈ ਰਸਤਾ ਪਾਣੀ ਨੇ ਤਾਂ ਲੈ ਜਾਣਾ ਆਪਣਾ ਤੇ ਹੁਣ ਦੋ ਦਿਨ ਨੂੰ ਲੈ ਜਾਵੇ ਜੇ 10 ਸਾਲ ਪੰਮੇ ਵਾਲੀ ਪੁਲੀ ਦੇ ਮੂਹਰੇ ਕੋਈ ਬਣ ਜਾਵੇ ਉਹਨੇ ਡਬੋਣਾ ਹੀ ਆ ਕਿਸੇ ਦਿਨ ਪੁਲੀ ਦੇ ਵਿੱਚ ਪੁਲੀ ਦੇ ਉੱਪਰ ਸ਼ੋਰੂਮ ਪੈ ਜੂਗਾ ਤੇਰਾ ਓਹੀ ਤਾਂ ਗੱਲ ਹੈ ਨਾ ਆਪਣੇ ਤਾਂ ਹਜ਼ਾਰਾਂ ਏਕੜੇ ਕਬਜ਼ਾ ਹੋਇਆ ਪਿਆ ਯਾਰ ਨਦੀਆਂ ਚ ਹੋਇਆ ਵਾ ਹਜ਼ਾਰਾਂ ਏਕੜੇ ਨਦੀਆਂ ਮੂਹਰੇ ਦਰਿਆ ਚ ਵੀ ਕਬਜ਼ੇ ਬਹੁਤ ਆਪੇ ਡੁੱਬਦੇ ਆਪਾਂ ਯਾਰ ਆ ਪਾਣੀ ਯਾਰ ਪਾਣੀ ਦਾ ਰਾਹ ਛੱਡਿਆ ਉਹਨੂੰ ਛੱਡੋ ਵੀਡੀਓ ਦੇਖ ਕੇ ਰਿਪੋਰਟਾਂ ਮਾਰਦੇ ਆ ਚੈਨਲ ਨੂੰ ਰਿਪੋਰਟ ਮਾਰਨ ਲੱਗੇ ਵੇ ਲੋਕ ਵੀ ਇਹਨਾਂ ਨੇ ਕਬਜ਼ੇ ਵਾਲੀ ਗੱਲ ਕਹਿ ਦਿੱਤੀ ਰਿਪੋਰਟ ਨਾਲ ਕਿਆ ਫਰਕ ਪੈਣਾ ਚਾਰ ਦਿਨਾਂ ਦਾ ਐ ਨੀ ਵੀ ਅਸੀਂ ਹਾਂ ਡਬੋਤੇ ਤੇ ਉਹ ਨੀ ਸੋਚਣਾ ਹਾਂ ਵੀ ਇਹਨਾਂ ਨੇ ਵੀਡੀਓ ਪਾਤੀ ਤਾਂ ਉਹਨੂੰ ਰਿਪੋਰਟ ਕਰਨ ਲੱਗੇ ਦੱਸ ਰਿਪੋਰਟਾਂ ਮਾਰਨ ਲੱਗੇ ਕੋਈ ਸਲਾਹ ਮਹਿਨਾ ਵੀ ਚਾਹੀਦਾ ਵੀ ਹਾਂ ਇਹ ਚੀਜ਼ ਪਰ ਰਿਪੋਰਟ ਹੈ ਕਾਹਦੇ ਪਰ ਵੀ ਅਸੀਂ ਕਬਜ਼ੇ ਵਾਲੀਆਂ ਬਾਂਝਾਂ ਵੀ ਤਾਂ ਰਿਪੋਰਟ ਮਾਰਦੇ ਹਾਂ ਲੋਕ ਚੈਨਲਾਂ ਪਰ ਰਿਪੋਰਟਾਂ ਮਾਰਦੇ ਹਾਂ ਤੇ ਕਹਿੰਦਾ ਸਾਡੇ ਪਿੰਡ ਦਾ ਨਾਮ ਲੈ ਤਾ ਗਰੀਬ ਜਨਤਾ ਮਾਰੀ ਜਾਂਦੀ ਮਾਰੇ ਨੀ ਗਏ ਲੋਕ ਯਾਰ ਮਾਰੇ ਗਏ ਯਾਰ ਜਿਨ੍ਹਾਂ ਦਾ ਸਾਰਾ ਕੁਝ ਗਿਰਿਆ ਹੈ ਕਿਆ ਕਰੂਗਾ ਬੰਦਾ ਮਕਾਨ ਹੀ ਗਿਰ ਗਿਆ ਯਾਰ ਪਿੱਛੇ ਕਿਆ ਰਹਿ ਗਿਆ ਬੰਦੇ ਕੋਲ ਮਕਾਨ ਦਾ ਸਮਾਨ ਬਣਾ ਕਿਤੇ ਸੌਖਾ ਉਹੀ ਤਾਂ ਸਾਰੀ ਉਹਦੇ ਬੈਡਰ ਲੱਕੜੀ ਨੂੰ ਪਾਣੀ ਲੱਗ ਗਿਆ ਉਹੀ ਕਿਉਂ ਨਹੀਂ ਖਤਮ ਹੈ ਜੀ ਜਾ ਹੁਣਿਆ ਤੂੰ ਦੱਸ ਕੱਪੜੇ ਲੀੜੇ ਨੂੰ ਨਾਲ ਰਲ ਕੇ 10 ਕਿੱਲੇ ਵਾਲਾ ਤੂੰ ਰੱਖ ਲੈ ਧੰਦਾ ਫਰਮਾਉਂ ਹਾਂ ਬਸ ਫਲਾਣਾ ਫਰਮਾਉਂ ਉਹੀ ਆ ਕਿਹੜੇ ਸਾਰੀ ਜੱਦੀ ਲਾਟ ਹੋਈ ਵੀ ਆ ਇਹ ਮਰੱਬੇ ਬੰਦੀ ਥੋੜੀ ਲਾਟ ਹੋਈ ਵੀ ਆ ਇਹਦੇ ਆਪਣੇ ਕਬਜ਼ੇ ਕਰੇ ਪਿਆ ਯਾਰ ਯਾਰ ਜੇ ਉਹਦੇ ਚ ਹੋਵੇ ਕਿੱਲੇ ਦੀ ਬਾਹਨ ਹੋਈ ਵੀ ਉੱਥੇ ਐ ਥੋੜੀ ਵੀ ਐ ਘੂੰ ਪੈ ਗਿਆ ਉੱਥੇ ਅੱਧਾ ਕਿੱਲਾ ਰਹਿ ਗਿਆ ਕਿ ਤੂੰ ਜਾ ਕੇ ਬਾਕੇ ਦੇਖ ਲਈ ਜਦੇ ਇੱਥੇ ਲੜ ਲੜਾਈਆ ਹੋ ਜਾਣਾ ਹੁਣ ਰੋਕ ਲੈਂਦੇ ਰੱਬ ਨੂੰ ਰੋਕ ਲੈਂਦੇ ਪਾਣੀ ਨੂੰ ਸਭ ਬੈਠੇ ਦੇ ਆਪਣਾ ਟੀਕੇ ਜਾਂਦਾ ਜਾਂ ਲੋਕਾਂ ਦੇ ਹੜ ਗਏ
ਇਹਨੂੰ ਦਿਖਾਈਆਂ 3 ਕਿੱਲਿਆਂ ਪਰ ਮੋਟਰ ਦਿਖਦੀ ਸੀ ਹਲੇ ਸਭ ਵਿੱਚੇ ਹੜ ਗਈ ਸਭ ਚੱਕ ਲੈ ਗਿਆ 10 ਕਿੱਲੇ ਹੜੇ ਆ ਉਹ ਘੱਟੋ ਘੱਟ ਉਹ ਚਾਹੀਦਾ ਵੀ ਆ ਮਾੜਾ ਜਿਹਾ ਰਗੜਾ ਲੱਗੇ ਲੋਕਾਂ ਨੂੰ ਪਤਾ ਲੱਗੇ ਜਿਹੜੇ ਰਾਹ ਰੋਕਦੇ ਪਾਣੀ ਦਾ ਵੀ ਤੁਸੀਂ ਪਾਣੀ ਨੂੰ ਤਾਂ ਰਾਹ ਛੱਡ ਦੋ ਹੁਣ ਉਹਨਾਂ ਦੀ ਵਜ੍ਹਾ ਨਾਲ ਕਿਸੇ ਗਰੀਬ ਦਾ ਘਰ ਗਿਰ ਗਿਆ ਉਹ ਕਦ ਫੜਾਉਂਗਾ ਕਦ ਕਿਆ ਕਰੂੰਗਾ ਪੰਜਾਬ ਚ ਬੰਨ ਚੁੱਕੇ ਨੁਕਸਾਨ ਹੋਇਆ ਨਦੀ ਪੂਰੀ ਚੱਲਦੀ ਹੁੰਦੀ ਆਪਣੇ ਕਮਾਲਪੁਰ ਤੇ ਲੈ ਕੇ ਸੁਰਤਾਂਪੁਰ ਤੱਕ ਨਦੀ ਆ ਉਰਲੀ ਸਾਈਡ ਤੱਕ ਪਾਣੀ ਪੂਰਾ ਜਾਂਦਾ ਸਾ ਗਾਹਾਂ ਡਾਫ ਲੱਗ ਗਈ ਏਸੀ ਟੁੱਟ ਗਈ ਦੋਹੇ ਨਦੀਆਂ ਦਾ ਆਹੀ ਕੁਛ ਆ ਉਧਰ ਮਨਸੂਬੇ ਜ਼ਮੀਨ ਨੀ ਹੈਗੀ ਮਿਸਤਰੀ ਬੰਦਾ ਸਮਾਨ ਪੂਰਾ ਰੱਖਦਾ ਕੋਲ ਆਪਣੇ ਪਾਣੀ ਨਾਲ ਹੜ ਗਿਆ ਸਮਾਨ ਵੀ ਤਾਂ ਨੀ ਲਿਖਿਆ ਮੈਂ ਇੱਕ ਤਾਂ ਅਸੀਂ ਆਪਣਾ ਕੰਮ ਛੱਡ ਕੇ ਲੱਗੇ ਵਿਕਾਣੇ ਸੋਹਣੇ ਤਾਂ ਖੇਲ ਬੈਠੇ ਆਪਣੇ ਲਿਖੇ ਹੁਣ ਸਮਾਨ ਤਾਂ ਤੈ ਲਿਆਉਣਾ ਫੇਜ ਕਰ ਤਾਂ ਲਿਆਉਣਾ ਅਦੇ ਲੱਗੇ ਤਾਂ ਹੈ ਮੂੰਹ ਸਿੱਧਾ ਲੈ ਸਾਰੇ ਡੈਕ ਪਰ ਤਾਂ ਨਟ ਕਸ ਕਰਕੇ ਨਾਸ ਮਾਰਿਆ ਕੋਈ ਛੱਡ ਛੱਡ ਤਾਂ ਲੈ ਆ ਦੱਸ ਲੈ ਹੈ ਕੋਈ ਤਾਂ ਮੂੰਹ ਸਿੱਧਾ ਆ ਇੱਕਾ ਚੱਲਦਾ ਇੱਕ ਆਪ ਹੈ ਇਹਨੂੰ ਦੇਖ ਲੈ ਕੁਛ ਸਮਾਨ ਤਾਂ ਫਿਰ ਲਿਆਉਂਦਾ ਰਿਕਾਰਡ ਪਰ ਚੱਲਦਾ ਨੀ ਹੈਗਾ ਇਹ ਕਿਆ ਕਰੀ ਜਾਂ ਫੇਲੇ ਹੋ ਗਿਆ ਸਵਾਬ ਜਾ ਕਰੀ ਕੋਈ ਦੁਕਾਨ ਹੜ ਗਈ ਨਾ 99 ਵਾਲੇ ਹੜ ਗਏ 3 ਤੇ ਪਹਿਲਾਂ ਮਿਸਤਰੀ ਜਿੰਨਾ ਮਰਜ਼ੀ ਹੋਵੇ ਲੱਕੜੀ ਵਾਲਾ ਮਿਸਤਰੀ ਹਮੇਸ਼ਾ ਆਪਣੀ ਪੈਨਸਲ ਉਰੇ ਰੱਖੂਗਾ ਇੱਕ ਕਾਬਤ ਵਾਲੀ ਗੱਲ ਹੋਊ ਪਾਕਿਸਤਾਨ ਮਜ਼ਾਰੀ ਹੜ ਕੇ ਹੁਣ ਡੁੱਬੇ ਬੈਠੇ ਹੁਣ ਤਾਂ ਉਹ ਤਾਂ ਪਾਕਿਸਤਾਨ ਵਾਲੇ ਹੌਲੀ ਹੌਲੀ ਆਉਂਗੇ ਜਿਹਨਾਂ ਤੇਰਾ ਫੜਕ ਚੱਕ ਕੇ ਕਹਾਵਤ ਦੱਲੇ ਗਏ ਧੰਨਵਾਦ ਕਰ ਉਹਨਾਂ ਦਾ ਤਾਂ ਹੀ ਉਤਰਿਆ ਪਾਣੀ ਸਮਝ ਆ ਮਾੜਾ ਮੋਟਾ ਸਹਾਇਤਾ ਕਰੇ ਠੀਕ ਨੀ ਕਿਹੜਾ ਕੌਣ ਨਹੀਂ ਇਹਨਾਂ ਦੀ ਨਹੀਂ ਗੱਲ ਕਰਦਾ ਮੈਂ ਕੱਲੀ ਹੋਰ ਦੀ ਵੀ ਗੱਲ ਕਰਦਾ ਸਾਰਾ ਮੋਟਾ ਜਿਹਦਾ ਨੁਕਸਾਨ ਚਾਹੀਦਾ ਦੇਖੋ ਜੇ ਠੇਕੇ ਵਾਲਾ ਆਪ ਮਾਲਕ ਬਹੁੰਦਾ ਹੁੰਦਾ ਨੁਕਸਾਨ ਤਾਂ ਨੁਕਸਾਨ ਹੈ ਮਾੜਾ ਮੋਟਾ ਪਰਸੈਂਟੇਜ ਜਾ ਜਾਵੇ ਕੋਈ ਮਾੜਾ ਮੋਟਾ ਅਗਲੇ ਨੂੰ ਮਾੜੀ ਮੋਟੀ ਰਹਿਤ ਮਿਲ ਜਾਂਦੀ ਐ ਨੀ ਵੀ ਕਾਲੇ ਕਰਕੇ ਕਹਿੰਦਾ ਮੈਂ ਕਾਲੇ ਦੀ ਕਾਲੇ ਨਾਲ ਜ਼ਮੀਨ ਕਾਲੇ ਨੇ ਵੀ ਬੰਨਿਆ ਵੀ ਆ ਕਾਲੇ ਨੂੰ ਪੁੱਛ ਲੈ 15 ਦਿਨ ਹੋ ਗਏ ਕੱਦੂ ਕਰੇ ਵੇ ਪਏ ਨੂੰ ਅੱਜ ਲੱਗੀ ਜੀਰੀ ਉਹ ਅੱਜ ਲੱਗੀ ਇੱਕ ਸਾਲਾ ਮੋਟਰ ਇੱਕ ਪਾਣੀ ਉਹ ਨਹੀਂ ਚੱਕਦੀ ਉਹਦੀ ਪਤਾ ਨਹੀਂ ਫੇਰ ਉਹ ਜਾਮੇ ਹੋ ਗਿਆ ਕੰਮ ਬਣਾ ਭਰ ਗਿਆ ਉਹਦੇ ਮੈਂ ਹਨਾ ਮੈਂ ਤਾਂ ਇਹ ਨਵਾਂ ਬੋਰ ਹੁਣ ਕਰਾਇਆ ਨਵਾਂ ਬੋਰ ਜੀਰੀ ਤੇ ਪਹਿਲਾਂ ਨਵਾਂ ਬੋਰ ਕਰਾਇਆ ਯਾਰ ਆ ਸਟਾਰਟਰ ਫਿੱਟ ਕਰੀ ਜਾਂਦੇ ਆ ਮੋਟਰ ਦੇਖਦੇ ਜਲਾ ਕੇ ਲੱਗਣੀ ਤਾਂ ਮੋਟਰ ਨਾਲ ਆ ਫੇਰ
ਫਿਰ ਗਲਤੀ ਹੈ ਜੀ ਕੱਲ ਤਾਂ ਕਹਿੰਦਾ ਮੈਂ ਕੱਲ ਤਾਂ ਜ਼ੋਰ ਮਾਰਿਆ ਚੱਲ ਹੁਣ ਚੱਲਦੇ ਸਿਰ ਪਹਿਲਾਂ ਮੋਟਰ ਚੱਕ ਕਰੇ ਆਉਂਦੇ ਆ ਸਾਨੂੰ ਆਇਆ ਵੀ ਉੱਥੇ ਗਿਆ ਕਾਹਨੂੰ ਚਾਰ ਲੀਟਰ ਤੇਲ ਫੂਕ ਕੇ ਲੈ ਕੇ ਜਾਣਾ ਟਰੈਕਟਰ ਜਨਰੇਟਰ ਨੂੰ ਉੱਥੇ ਚਲਾ ਦੇਣਾ ਉਹਦੇ ਨਾਲ ਚਲੋ